ਤੁਸੀਂ ਵੇਖਦੇ ਹੋ ਕਿ ਜਿੱਥੇ ਵੀ ਜਿੱਥੇ ਜਿੱਥੇ ਪਹੁੰਚ ਰਹੀ ਹੈ ਸਾਡੇ ਜ਼ਿਲ੍ਹੇ ਦੀ ਗੁਰਦਾਸਪੁਰ ਦੇ ਵਿੱਚ ਯਾਤਰਾ ਨਹੀਂ ਸੀ ਆ ਰਹੀ ਸਾਨੂੰ ਉਹਨਾਂ ਨੇ ਦਿੱਤੀ ਆ ਜਿਹੜੀ ਰੈਲੀ ਇੱਥੋਂ ਸਾਰੇ ਤੁਹਾਨੂੰ ਪਤਾ ਹੈ ਕਿ ਜਿੱਦਾਂ ਤੁਸੀਂ ਇਕੱਠੇ ਹੋਏ ਹੋ ਸਾਰੇ ਪਿੰਡ 'ਚ ਇੱਕ ਇੱਕ ਬੱਸ ਜਿਹੜੀ ਉਹ ਲਾ ਦਿੱਤੀ ਆ ਬੱਸਾਂ ਦੇ ਵਿੱਚ ਹੁਮਾ ਕੇ ਪਹੁੰਚਣ ਕੇ ਅਤੇ ਨਾਲ ਦੇਸ਼ ਨੂੰ ਮਜ਼ਬੂਤ ਕਰਨ ਲਈ ਆ ਡਰ ਦਾ ਖੌਫ ਦਾ ਇਹ ਕੱਢਣ ਦੀ ਲੋੜ ਹੈ ਸਾਨੂੰ ਜੋ ਚਾਈਨਾ ਅਤੇ ਜਾਂ ਪਾਕਿਸਤਾਨ ਵਾਲੇ ਕਰ ਰਹੇ ਨੇ ਉਹਨਾਂ ਦਾ ਲੋਕਾਂ ਕੋਲ ਇਸ ਸਰਕਾਰ ਦਾ ਪਰਦਾਫਾਸ਼ ਕਰ ਰਹੇ ਤੁਹਾਨੂੰ ਕਿਤੇ ਚੜ ਜਾਓ ਇਹ ਤਾਂ ਅੱਤਵਾਦ ਨੂੰ ਵੀ ਮਾੜੇ ਦਿਨ ਨੇ ਸ਼ਰੇਆਮ ਨਸ਼ਾ ਵਿਕਣ ਲੱਗ ਪਿਆ ਹੋਮ ਡਿਲੀਵਰੀ ਹੋ ਗਈ ਆ ਕੋਈ ਕਿਸੇ ਨੂੰ ਡਰ ਖੌਫ ਹੀ ਹੈ ਨਹੀਂ ਜਿਹੜੀ ਪੂਰੇ ਆਪਾਂ ਮੈਂ ਹਿੰਦੁਸਤਾਨ ਦੀ ਪੂਰੇ ਦੀ ਆਪਾਂ ਗੱਲ ਕਰਦੇ ਹਾਂ ਕੰਨਿਆਕੁਮਾਰੀ ਤੋਂ ਅਸੀਂ ਪਹੁੰਚਣਾ ਕਸ਼ਮੀਰ ਤੱਕ ਔਰ 26 ਤਰੀਕ ਨੂੰ ਉੱਥੇ ਝੰਡਾ ਚੜਾਇਆ ਜਾਏਗਾ 30 ਤਰੀਕ ਨੂੰ ਆਲ ਪਾਰਟੀ ਮੀਟਿੰਗ ਬੁਲਾਈ ਗਈ ਆ ਉਹਦੇ 'ਚ ਨਾ ਅਕਾਲੀ ਦਲ ਨੂੰ ਸੱਦਿਆ ਗਿਆ ਅਤੇ ਨਾ ਹੀ ਆਮ ਆਦਮੀ ਪਾਰਟੀ ਨੂੰ ਦੋਨਾਂ ਪਾਰਟੀਆਂ ਨੂੰ ਬਿਲਕੁਲ ਨਹੀਂ ਉਹਦੇ 'ਚ ਮੀਟਿੰਗ 'ਚ ਬੁਲਾਇਆ ਗਿਆ ਹਰ ਥਾਂ ਤੁਸੀਂ ਵੇਖਦੇ ਹੋ ਕਿ ਜਿੱਥੇ ਵੀ ਜਿੱਥੇ ਜਿੱਥੇ ਪਹੁੰਚ ਰਹੀ ਹੈ ਸਾਡੇ ਜ਼ਿਲ੍ਹੇ ਦੀ ਗੁਰਦਾਸਪੁਰ ਦੇ ਵਿੱਚ ਯਾਤਰਾ ਨਹੀਂ ਸੀ ਆ ਰਹੀ ਸਾਨੂੰ ਉਹਨਾਂ ਨੇ ਦਿੱਤੀ ਆ ਜਿਹੜੀ ਰੈਲੀ ਇੱਥੋਂ ਸਾਰੇ ਤੁਹਾਨੂੰ ਪਤਾ ਹੈ ਕਿ ਜਿੱਦਾਂ ਤੁਸੀਂ ਇਕੱਠੇ ਹੋਏ ਹੋ ਸਾਰੇ ਪਿੰਡ 'ਚ ਇੱਕ ਇੱਕ ਬੱਸ ਜਿਹੜੀ ਉਹ ਲਾ ਦਿੱਤੀ ਆ ਉੱਥੋਂ ਬੱਸਾਂ ਦੇ ਵਿੱਚ ਹੁਮਾ ਕੇ ਪਹੁੰਚਣ ਕੇ ਅਤੇ ਨਾਲ ਹੀ ਜਿਨ੍ਹਾਂ ਜਿਨ੍ਹਾਂ ਦੀਆਂ ਗੱਡੀਆਂ ਨਾਲ ਗੱਡੀਆਂ ਵੀ ਉਨੀਆਂ ਹੀ ਡਬਲ ਗੱਡੀਆਂ ਨਿਕਲੀਆਂ ਜੇ ਪਿੰਡ 'ਚ 5 ਨੇ 6 ਨੇ 7 ਨੇ ਉਹ ਕਾਰਾਂ ਵੀ ਨਾਲ ਨਿਕਲੀਆਂ ਅਤੇ ਇੱਕ ਇੱਕ ਬੱਸ ਵੀ ਜਾ ਰਹੀ ਹੈ ਤਾਂ ਇਤਿਹਾਸਕ ਜਿਹੜੀ ਇਹ ਮੀਟਿੰਗ ਹੋਏਗੀ ਤਾਂ ਉੱਥੇ ਜਿਹੜੀ ਇੱਕੋ ਹੀ ਜਿਹੜੀ ਕਰਦੇ ਆ ਕਿ ਕੋਈ ਕਹਿੰਦਾ ਜੀ ਕਾਂਗਰਸ ਦੀ ਰੈਲੀ ਆ ਕੋਈ ਕਹਿੰਦਾ ਜੀ ਭਾਰਤ ਜੋੜੋ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਅੱਜ ਦੇਸ਼ ਨੂੰ ਮਜ਼ਬੂਤ ਕਰਨ ਲਈ ਆ ਡਰ ਦਾ ਖੌਫ ਦਾ ਇਹ ਕੱਢਣ ਦੀ ਲੋੜ ਹੈ ਸਾਨੂੰ ਜੋ ਚਾਈਨਾ ਅਤੇ ਜਾਂ ਪਾਕਿਸਤਾਨ ਵਾਲੇ ਕਰ ਰਹੇ ਨੇ ਉਹਨਾਂ ਦਾ ਲੋਕਾਂ ਕੋਲ ਇਸ ਸਰਕਾਰ ਦਾ ਪਰਦਾਫਾਸ਼ ਕਰਨ ਲਈ ਇਹ ਹੀ ਯਾਤਰਾ ਖੜ ਰਹੀ ਹੈ ਤੁਸੀਂ ਇਹ ਕਹਿੰਦੇ ਹੋ ਜਿਹਨਾਂ ਲੋਕਾਂ ਦਾ ਧਿਆਨ ਨਾਲ ਹੋਵੇ ਕੰਮ ਕਰਨ ਨੂੰ ਮੇਰੇ ਵੇਲੇ ਇੱਥੇ IS ਵੀ SDM ਰਿਹਾ ਔਰ ਇੱਕ ਦਿਨ ਵੀ ਤਹਿਸੀਲਦਾਰ ਦੀ ਜਿਹੜੀ ਖਾਲੀ ਨਹੀਂ ਹੋਈ SDM ਕਦੀ ਖਾਲੀ ਨਹੀਂ ਸੀ ਰਿਹਾ BDO ਕਦੀ ਖਾਲੀ ਨਹੀਂ ਸੀ ਰਿਹਾ ਇੱਥੇ ਕਦੀ ਵੀ DSP ਖਾਲੀ ਮੇਰੇ ਖਿਆਲ DSP ਵੀ ਨਹੀਂ ਇੱਥੇ ਤਾਂ ਹੈਗਾ ਇਸ ਕਰਕੇ ਇਹ ਸਰਕਾਰ ਦਾ ਸਿਰਫ ਧਿਆਨ ਲੋਕਾਂ ਨੂੰ ਡਰਾਉਣਾ ਧਮਕਾਉਣਾ ਅਤੇ ਲੁੱਟਣਾ ਔਰ ਹੋਰ ਕੋਈ ਕੰਮ ਨਹੀਂ ਤਾਂ ਟੰਕੀਬਾਜ਼ੀ ਕਰਨੀ ਝੂਠ ਬੋਲੀ ਜਾਣਾ ਇਹ ਜਿਹੜੀਆਂ ਚੀਜ਼ਾਂ ਨੇ ਜੇ ਕੰਮ ਕਰਨੇ ਆ ਤਾਂ ਸਰਕਾਰ ਜਿਹੜੀ ਆ ਉਹ ਦਫ਼ਤਰਾਂ 'ਚ ਬੈਠੀ ਪਤਾ ਚੱਲਦੀ ਹੁੰਦੀ ਆ ਤਾਂ ਕਿ ਸਰਕਾਰ ਦਫ਼ਤਰ ਖਾਲੀ ਹੋਣ ਕਰਕੇ ਹੁੰਦੀ ਆ ਜਾਂ ਰਾਤ ਨੂੰ ਕਿਤੇ ਚੜ ਜਾਓ ਇਹ ਤਾਂ ਅੱਤਵਾਦ ਨੂੰ ਵੀ ਮਾੜੇ ਦਿਨ ਨੇ ਸ਼ਰੇਆਮ ਨਸ਼ਾ ਵਿਕਣ ਲੱਗ ਪਿਆ ਹੋਮ ਡਿਲੀਵਰੀ ਹੋ ਗਈ ਆ ਕੋਈ ਕਿਸੇ ਨੂੰ ਡਰ ਖੌਫ ਹੀ ਹੈ ਨਹੀਂ ਜਿੰਨਾ ਚਿਰ ਪੁਲਿਸ ਜਿਹੜੀ ਆ ਪੰਜਾਬ ਪੁਲਿਸ ਦੇ ਉੱਤੇ ਜੇ ਪਿੱਛੇ ਖੜ੍ਹੇ ਹੋਵਾਂਗੇ ਜੇ ਲੀਡਰ ਖੜ੍ਹੇ ਹੋਣਗੇ ਤਾਂ ਪੰਜਾਬ ਪੁਲਿਸ ਜਿਹੜੀ ਆ ਤਗੜੀ ਹੋ ਕੇ ਕੰਮ ਕਰਦੀ ਆ ਅਤੇ ਜੇ ਲੀਡਰ ਹੀ ਪੈਰ ਖਿੱਚਣ ਲੱਗ ਪੈਣ ਤਾਂ ਆਪ ਹੀ ਉਹਨਾਂ ਕੰਮਾਂ 'ਚ ਲੱਗ ਜਾਣ ਫਿਰ ਕਦੀ ਵੀ ਲਾਅ ਐਂਡ ਆਰਡਰ ਠੀਕ ਨਹੀਂ ਰਹਿੰਦਾ ਦੇਖੋ ਗੱਲ ਸੁਣੋ ਐਡੇ ਵੱਡਾ ਦਾ ਕੰਮ ਆ ਉੱਥੇ 10,000 ਬੰਦਾ ਰੋਜ਼ ਉੱਥੇ ਰੋਟੀ ਖਾਂਦਾ ਔਰ ਇਕੱਲਾ ਪੰਜਾਬ ਨਹੀਂ ਖਾਂਦਾ ਉੱਥੇ ਬਾਹਰੋਂ ਆ ਕੇ ਲੋਕ ਉੱਥੇ ਵੇਖਦੇ ਨੇ ਕਿ ਰੋਟੀ ਉੱਥੋਂ ਦੀ ਖਾ ਕੇ ਜਾਂਦੇ ਨੇ ਅਤੇ ਗੱਲਾਂ ਕਰਦੇ ਨੇ ਅਤੇ ਜੇ ਇਹੋ ਜਿਹੀਆਂ ਚੀਜ਼ਾਂ ਕਰੋਗੇ ਤਾਂ ਇਹੋ ਜਿਹੇ ਲੋਕ ਫਿਰ ਚੁੱਕ ਕੇ ਆਪਣਾ ਬਿਜ਼ਨਸ ਬਾਹਰਲੀਆਂ ਸਟੇਟਾਂ 'ਚ ਲੈ ਜਾਣਗੇ ਜੇ 10,000 ਬੰਦਾ ਰੋਜ਼ ਦੀ ਰੋਟੀ ਖਾਂਦਾ ਉਹਦਾ GST ਉਹਦਾ ਉੱਥੇ ਜਿਹੜੇ ਰਾਜ ਪੈਟਰੋਲ ਪੰਪ ਉਹ ਵੀ ਜਾਂ ਹੋਰ ਚੀਜ਼ਾਂ ਜਾਂ ਛੋਟੀਆਂ ਛੋਟੀਆਂ ਦੁਕਾਨਾਂ ਲੱਗ ਇਹ ਪੰਜਾਬ ਨੂੰ ਅਫੜਾ ਤਫੜੀ 'ਚ ਪਲਾ ਕੇ ਇਹ ਬੇੜਾ ਕਰਕੇ ਪੰਜਾਬ ਦਾ ਕਰਨਾ ਚਾਹੁੰਦੇ ਔਰ ਮੈਂ ਕੰਡੈਮ ਕਰਦਾ ਕਿ ਜਿਹੜੀ ਹਵੇਲੀ ਜਿਹੜੀ ਪੰਜਾਬ ਦੀ ਇੱਕ ਸ਼ਾਨ ਆ ਜਲੰਧਰ ਦੀ ਹਵੇਲੀ ਨੇ ਲੋਕਾਂ ਨੂੰ ਪੰਜਾਬ ਦੇ ਵਿੱਚ ਦੱਸ ਦਿੱਤਾ ਕਿ ਢਾਬੇ ਨੇ ਇਹ ਵਧੀਆ ਥਾਵਾਂ 'ਤੇ ਆਣ ਕੇ ਵੀ ਰੋਟੀ ਖਾਧੀ ਜਾ ਸਕਦੀ ਹੈ ਅਤੇ ਔਰ ਸਸਤੇ ਰੇਟ 'ਚ ਖਾਈ ਜਾ ਸਕਦੀ ਹੈ ਮਾਨ ਸਾਹਿਬ ਦਾ ਬਿਆਨ ਸੀ ਕਿ ਜਦ ਸਰਕਾਰ ਬਣਨੀ ਸੀ ਤਾਂ ਬਾਹਰ ਦੇ ਲੋਕ ਇੱਥੇ ਆਣ ਕੇ ਨੌਕਰੀਆਂ ਕਰਨਗੇ ਉਹ ਤਾਂ ਕਹਿੰਦੇ ਸੀ ਕਿ ਬਾਹਰ ਦੇ ਲੋਕ ਨੌਕਰੀਆਂ ਕਰਨਗੇ ਬਾਹਰ ਦੇ ਕਰ ਰਹੇ ਨੇ ਅੱਜ ਦਾ ਇੱਦਾਂ ਕੁੱਟ ਕੁੱਟ ਕੇ ਭਜਾਉਣਗੇ ਅਤੇ ਇੰਡਸਟਰੀ ਜਿਹੜੀ ਆ ਉਦਣ ਮਾਨ ਸਾਹਿਬ ਨੂੰ ਤਾਂ ਉੱਥੇ ਜਵਾਬ ਮਿਲ ਗਿਆ ਜਿੱਦਣ ਆਪ ਹੈਦਰਾਬਾਦ ਬੈਠੇ ਸੀ ਇੱਥੇ ਸਾਰੇ ਪੰਜਾਬ ਦੇ ਇੰਡਸਟਰੀ ਲਿਸਟ ਉੱਥੇ UP 'ਚ ਜਾ ਕੇ ਬੈਠੀ ਕਿ ਅਸੀਂ ਤੁਹਾਡੀ ਇੰਡਸਟਰੀ ਲਾਉਣੀ ਚਾਹੁੰਦੇ ਹਾਂ ਅਤੇ ਸਾਨੂੰ ਆਪਣੀ ਜ਼ਮੀਨਾਂ ਤੋਂ ਉਦੋਂ ਨਹੀਂ ਚੀਫ ਮਿਨਿਸਟਰ ਦੀਆਂ ਅੱਖਾਂ ਖੁੱਲ੍ਹੀਆਂ